ਅੱਜ ਇਹ ਬਲੌਗ ਤੁਹਾਨੂੰ ਪੰਜਾਬੀ ਵਿੱਚ ਮਿਲੇਗਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ। ਕੀ ਹਾਲ ਆ ਤੁਹਾਡਾ ਸਾਰਿਆਂ ਦਾ? ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਅਸੀਂ ਮਿਰਕਾਤੋ ਜਾ ਰਹੇ ਹਾਂ। ਮਿਰਕਾਤੋ ਮੈਨੇ ਕਿ ਅੱਜ ਜਿੱਦਾਂ ਬੀਰ ਬਾਜ਼ਾਰ ਲੱਗਦਾ ਆ ਇੱਥੇ ਸਾਡੇ ਲਾਗੇ, ਅਤੇ ਅਸੀਂ ਉੱਥੇ ਜਾ ਰਹੇ ਹਾਂ। ਅੱਜ ਬਹੁਤ ਸੋਹਣਾ ਦਿਨ ਲੱਗਾ ਆ, ਪਰ ਠੰਡ ਹੈ, ਨਾਲ ਸੂਰਜ ਬਹੁਤ ਵਧੀਆ ਨਿਕਲਿਆ ਆ, ਪਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਅੱਜ। ਅਤੇ ਦੇਖੋ ਅਸੀਂ ਮਿਰਕਾਤੋ ਆ ਚੁੱਕੇ ਹਾਂ। ਇਹ ਸਭ ਕੁਝ ਜਿਹੜਾ ਤੁਸੀਂ ਦੇਖ ਰਹੇ ਹਾਂ, ਇੱਥੇ ਅਗਲੇ ਮਹੀਨੇ ਈਸਟਰ ਆਉਣ ਵਾਲਾ ਆ, ਉਹਦੀ ਡੈਕੋਰੇਸ਼ਨ ਵਾਸਤੇ ਜਿੱਦਾਂ ਬਹੁਤ ਸੋਹਣੇ ਸਮਾਨ ਲੱਗਾ ਹੋਇਆ ਸੀਗਾ। ये देखिए कितनी अच्छी रबर बैंड्स, एयर बैंड्स हैं, कोई भी आप ले सकते हैं, सिर्फ एक एरो में मिलेगा। सॉरी हुनी मैं थोड़ा हिंदी में बोल गई सी, मैनू याद भुल गया। बहुत सोने एयरिंग्स सीगे ए वाले सारे। तो मैं आज फ्लावर्स जेड़े आ ਉਹ ਖਰੀਦੇ। ਫੁੱਲ ਤਾਂ ਬਹੁਤ ਸੋਹਣੇ ਸੀ ਸਾਰੇ, ਦਿਲ ਕਰਦਾ ਸੀ ਕਿ ਸਾਰੇ ਲੈ ਲਵਾਂ। ਅਸੀਂ ਘਰ ਆ ਗਏ ਸੀਗੇ ਅਤੇ ਸਿਰੀਨਾ ਆਪਣੇ ਲਈ ਆ ਦੇਖੋ ਮੇਕਅਪ ਕਿੱਟ ਲੈ ਕੇ ਆਈ ਆ, ਪੌਣਾ ਇੱਕ ਹੋ ਗਿਆ ਆ, 10 ਮਿੰਟ ਰਹਿ ਗਏ 1 ਵਜਣ 'ਚ। ਤਾਂ ਆਉਂਦੇ ਆਉਂਦੇ ਥੋੜ੍ਹਾ ਜਿਹਾ ਸਮਾਨ ਸੀ, ਪਾਲਕ ਲੈ ਕੇ ਆਈ ਮੈਂ, ਥੋੜ੍ਹੇ ਜਿਹੇ ਔਰੇਂਜਸ ਲੈ ਕੇ ਆਈ ਹਾਂ, ਅਤੇ ਟਮਾਟਰ ਲਿਆਂਦੇ ਸੀ ਮੈਂ, ਅਤੇ ਨਾਲ ਮੇਰੀ ਫੇਵਰੇਟ ਪੂੰਗੀ। ਅਤੇ ਅੱਜ ਅਸੀਂ ਮੱਛੀ ਖਾਧੀ, ਇਹ ਆਲੂ ਪਾਏ ਆ ਅਤੇ ਟਮਾਟਰ ਸੀਗਾ, ਅਤੇ ਓਲਿਵ ਓਇਲ ਅਤੇ ਲੂਣ ਪਾ ਕੇ ਮੈਂ ਇਹਨੂੰ ਓਵਨ ਵਿੱਚ ਬਣਾਇਆ ਅੱਜ। ਅਤੇ ਜਿਹੜੇ ਮੈਂ ਫਲਾਵਰ ਲੈ ਕੇ ਆਈ ਅੱਜ, ਦੇਖੋ ਇਹ ਵਾਲਾ ਪੋਟ ਸੀ ਨਾਲ, ਇਹ ਜਿੱਦਾਂ ਸਿਰਫ ਅੰਦਰ ਲਈ ਫਲਾਵਰਸ ਆ, ਬਾਹਰ ਵਾਸਤੇ ਨਹੀਂ ਹੈਗਾ, ਤੁਸੀਂ ਘਰ ਦੇ ਅੰਦਰ ਰੱਖ ਸਕਦੇ ਹੈ। ਅਤੇ ਇਹ ਵਾਲੇ ਦੋ ਜਿਹੜੇ ਆ, ਇਹ ਮੈਂ ਪੁਦੀਨੇ ਦੇ ਬੂਟੇ ਲਏ ਆ, ਅਤੇ ਇਹ ਵਾਲੇ ਜਿਹੜੇ ਆ ਇਹ ਪਿਆਂਦੇ ਗਰੋਸੇ ਕਹਿੰਦੇ ਆ ਇੱਥੇ, ਕਿ ਸਦਾ ਹੁੰਦੇ ਰਹਿੰਦੇ ਆ ਇਹੋ, ਪਤਾ ਨਹੀਂ ਮੈਨੂੰ ਜਿੱਦਾਂ ਦੱਸਿਆ ਜਿੱਥੋਂ ਮੈਂ ਖਰੀਦੇ ਆ, ਬਾਕੀ ਦੇਖੋ ਕਿੱਦਾਂ ਹੁੰਦੇ ਆ। ਅਤੇ ਮੈਂ ਆਹ ਆਪਣੀ ਵੱਡੀ ਬੇਟੀ ਲਈ ਲੈ ਕੇ ਆਈ ਸੀ ਅੱਜ ਇੱਕ ਡਰੈਸ। ਮਿਰਕਾਤੋ ਵਿੱਚ ਇੱਦਾਂ ਆ ਕਿ ਸਮਾਨ ਤੁਹਾਨੂੰ ਬਹੁਤ ਸਸਤਾ ਮਿਲ ਜਾਂਦਾ, ਪਰ ਘੁੰਮਣਾ ਬਹੁਤ ਪੈਂਦਾ ਆ। ਅੱਜ ਥੱਕ ਹੋ ਗਿਆ, ਸਵੇਰ ਦੇ ਅਸੀਂ ਗਏ ਸੀ 1 ਵਜੇ ਘਰ ਆਏ, ਤਾਂ ਥਕਾਵਟ ਜੀ ਹੋ ਗਈ। ਦੇਖੋ ਬਾਹਰ ਡੇ ਤਾਂ ਸਨੀ ਆ, ਪਰ ਹਵਾ ਬਹੁਤ ਚੱਲ ਰਹੀ ਆ, ਅਤੇ ਸਾਡਾ ਲੰਚ ਜਿਹੜਾ ਉਹ ਤਿਆਰ ਹੋ ਗਿਆ। ਪਹਿਲਾਂ ਮੇਰਾ ਇਰਾਦਾ ਸੀ ਕਿ ਮੈਂ ਪਾਸਤਾ ਬਣਾਵਾਂ, ਪਰ ਮੈਂ ਫਿਰ ਬਾਅਦ ਵਿੱਚ, ਮੈਨੂੰ ਪਤਾ ਸੀ ਕਿ ਕਿਸੇ ਨੇ ਨਹੀਂ ਖਾਣਾ, ਅਤੇ ਅਸੀਂ ਸਿਰਫ ਅੱਜ ਮੱਛੀ ਅਤੇ ਇਹ ਵਾਲਾ ਖਾਧਾ, ਅਤੇ ਬਾਅਦ ਵਿੱਚ ਅਸੀਂ ਫਰੂਟ ਖਾ ਲਿਆ ਸੀ। ਪਹਿਲੇ ਮੈਂ ਨੌਨ ਵੈਜ ਨਹੀਂ ਖਾਧੀ ਸੀ, ਫਿਰ ਮੈਂ ਥੋੜ੍ਹਾ ਗਲਤ ਹੋ ਗਈ। ਜਦੋਂ ਮੈਂ ਇੱਥੇ ਆਈ ਤਾਂ ਮੇਰੇ ਹਸਬੈਂਡ ਨੇ ਜਿੱਦਾਂ ਮੈਨੂੰ ਆਦਤ ਪਾ ਦਿੱਤੀ, ਕਿਉਂਕਿ ਉਹ ਖਾਂਦੇ ਸੀ, ਇਸ ਕਰਕੇ ਮੈਨੂੰ ਵੀ ਉਹਨਾਂ ਦੇ ਨਾਲ ਖਾਣਾ ਪਿਆ। ਅਤੇ ਇੱਥੇ ਆ ਕੇ ਮੈਂ ਨੌਨ ਵੈਜ ਸ਼ੁਰੂ ਕੀਤਾ ਸੀ। ਅਤੇ ਅੱਜ ਦਾ ਬਲੌਗ ਇਹੀ ਸੀਗਾ,
ਅਤੇ ਤੁਸੀਂ ਲਾਈਕ ਕਰਿਓ ਅਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ।